ਸਤਿ ਸ੍ਰੀ ਅਕਾਲ ਜੀ। ਅੱਜ ਮੈਂ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ 1 ਅਗਸਤ ਦਾ ਇਤਿਹਾਸ ਲੈ ਕੇ, ਤੇ ਚਲੋ ਸ਼ੁਰੂ ਕਰਦੇ ਹਾਂ। 1 ਅਗਸਤ 1863 ਨੂੰ ਮਹਾਰਾਣੀ ਜਿੰਦਾ ਦਾ ਇੰਗਲੈਂਡ ਵਿੱਚ ਦੇਹਾਂਤ ਹੋਇਆ ਸੀ। 1914 ਵਿੱਚ ਪਹਿਲੇ ਯੁੱਧ ਵਿੱਚ ਰੂਸ ਤੇ ਫਰਾਂਸ ਸ਼ਾਮਲ ਹੋਏ ਸਨ। 1920 ਵਿੱਚ ਮਹਾਤਮਾ ਗਾਂਧੀ ਵੱਲੋਂ ਨਾ ਮਿਲਵਰਤਨ ਲਹਿਰ ਸ਼ੁਰੂ ਕੀਤੀ ਗਈ ਸੀ। 1920 ਵਿੱਚ ਹੀ ਭਾਰਤੀ ਵਕੀਲ ਅਤੇ ਪੱਤਰਕਾਰ ਬਾਲ ਗੰਗਾਧਰ ਤਿਲਕ ਦਾ ਦੇਹਾਂਤ ਹੋਇਆ ਸੀ। 1932 ਵਿੱਚ ਭਾਰਤ ਦੀ ਮਸ਼ਹੂਰ ਫਿਲਮੀ ਕਲਾਕਾਰ ਮੀਨਾ ਕੁਮਾਰੀ ਦਾ ਜਨਮ ਹੋਇਆ ਸੀ। 1957 ਵਿੱਚ ਦਿੱਲੀ ਵਿਖੇ ਨੈਸ਼ਨਲ ਬੁੱਕ ਟਰੱਸਟ ਦੀ ਸਥਾਪਨਾ ਕੀਤੀ ਗਈ ਸੀ। 1960 ਵਿੱਚ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਤੋਂ ਬਦਲ ਕੇ ਇਸਲਾਮਾਬਾਦ ਕੀਤੀ ਗਈ ਸੀ। 1986 ਵਿੱਚ ਡਾਕਖਾਨੇ ਵਿੱਚ ਸਪੀਡ ਪੋਸਟ ਸਰਵਿਸ ਸ਼ੁਰੂ ਹੋਈ ਸੀ। ਤੇ ਆਓ ਹੁਣ ਜਾਣਦੇ ਹਾਂ ਗਿਨਿਸ ਵਰਲਡ ਬੁੱਕ ਆਫ ਰਿਕਾਰਡ ਬਾਰੇ 1 ਅਗਸਤ ਦਾ ਮਹੱਤਵ। ਪਾਕਿਸਤਾਨ ਦੇ ਇੱਕ ਪਰਿਵਾਰ ਦਾ ਨਾਮ ਗਿਨਿਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਪਰਿਵਾਰ ਦੇ 9 ਮੈਂਬਰ ਇੱਕ ਹੀ ਦਿਨ ਪਰ ਵੱਖ ਵੱਖ ਸਾਲਾਂ ਵਿੱਚ ਯਾਨੀ ਕਿ 1 ਅਗਸਤ ਨੂੰ ਪੈਦਾ ਹੋਏ ਹਨ। 2012 ਤੋਂ ਇਹ ਰਿਕਾਰਡ ਪਹਿਲਾਂ ਅਮਰੀਕਾ ਦੇ ਇੱਕ ਪਰਿਵਾਰ ਦੇ ਨਾਮ ਸੀ। ਇਸ ਪਰਿਵਾਰ ਦੇ 5 ਬੱਚਿਆਂ ਦਾ ਜਨਮ 5 ਫਰਵਰੀ ਨੂੰ ਵੱਖ ਵੱਖ ਵਰਿਆਂ ਵਿੱਚ ਹੋਇਆ ਸੀ। ਸਿੰਧ ਦੇ ਲਰਕਾਨਾ ਖੇਤਰ ਵਿੱਚ ਵਸਦੇ ਆਮਿਰ ਅਲੀ ਮਾਂਗੀ, ਉਹਨਾਂ ਦੀ ਪਤਨੀ ਖਦੀਜ਼ਾ ਆਮਿਰ ਅਤੇ ਸਾਰੇ 7 ਬੱਚਿਆਂ ਦਾ ਜਨਮ 1 ਅਗਸਤ ਨੂੰ ਹੋਇਆ ਹੈ। ਆਮਿਰ ਦਾ ਜਨਮ 1 ਅਗਸਤ 1968, ਖਦੀਸਾ ਦਾ ਜਨਮ 1 ਅਗਸਤ 1973 ਨੂੰ ਹੋਇਆ ਹੈ। ਵੱਡੀ ਬੇਟੀ ਸਿੰਧੂ, ਜੁੜਵਾ ਬੇਟਿਆਂ ਬੇਟੇ ਆਮਿਰ, ਜੁੜਵਾ ਬੇਟੇ, ਛੋਟੇ ਬੇਟੇ ਸਭ ਦਾ ਜਨਮ 1 ਅਗਸਤ ਨੂੰ ਹੀ ਹੋਇਆ ਹੈ। ਜੁੜਵਾ ਬੇਟੀਆਂ ਦਾ ਜਨਮ 1998 ਅਤੇ ਜੁੜਵਾ ਬੇਟਿਆਂ ਦਾ ਜਨਮ 2003 ਵਿੱਚ ਹੋਇਆ ਹੈ ਅਤੇ ਇਹਨਾਂ ਦਾ ਵਿਆਹ ਵੀ 1 ਅਗਸਤ ਨੂੰ ਹੀ ਹੋਇਆ ਸੀ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਫਿਰ ਮਿਲਦੇ ਹਾਂ ਨਵੀਂ ਮਿਤੀ ਦੇ ਇਤਿਹਾਸ ਨਾਲ ਲੈ ਕੇ। ਇਸ ਤਰ੍ਹਾਂ ਹੀ ਆਪਣਾ ਪਿਆਰ ਦਿੰਦੇ ਰਹੋ, ਲਾਈਕ ਤੇ ਸਬਸਕ੍ਰਾਈਬ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ।